ਸਾਰੇ ਦਰਸ਼ਕਾਂ ਦਾ ਜਸ ਲਾਈਵ ਦੇ ਵਿੱਚ ਸਵਾਗਤ ਹੈ ਤੇ ਇੱਕ ਹੋਰ ਸਪੈਸ਼ਲ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਜਿਸ ਤਰ੍ਹਾਂ ਹਰ ਟਿਊਜ਼ਡੇ 7:30 ਵਜੇ ਈਸਟਰਨ ਤੁਹਾਨੂੰ ਪਿਛਲੇ 2-3 ਹਫ਼ਤਿਆਂ ਤੋਂ ਲੀਗਲ ਅਪਡੇਟਸ ਪ੍ਰੋਵਾਈਡ ਕਰ ਰਹੇ ਹਾਂ ਅੱਜ ਵੀ ਤੁਹਾਡੇ ਨਾਲ ਸਾਡੇ ਨਾਲ ਗੈਸਟ ਜੁੜੇ ਹਨ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਕੈਲੀਫੋਰਨੀਆ ਤੋਂ ਜੋ ਇਸ ਚੀਜ਼ 'ਤੇ ਸਾਰੀ ਲੀਗਲ ਅਪਡੇਟਸ 'ਤੇ ਕੀ ਜਾਣਕਾਰੀ ਤੁਹਾਨੂੰ ਅੱਜ ਦੀ ਡੇਟ ਵਿੱਚ ਪਤਾ ਹੋਣੀ ਚਾਹੀਦੀ ਉਹਦੇ ਬਾਰੇ ਗੱਲ ਕਰਨ ਸਾਨੂੰ ਜੁਆਇਨ ਕਰ ਰਹੇ ਜਸਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਜਸਪ੍ਰੀਤ ਜੀ ਮੈਂ ਇੱਕ ਦੋ ਚੀਜ਼ਾਂ ਅੱਜ ਅਨਾਊਂਸ ਕਰਨਾ ਚਾਹੁੰਦੀ ਹਾਂ ਸਾਡੇ ਸ਼ੋਅ ਸ਼ੁਰੂ ਹੋਣ ਤੋਂ ਪਹਿਲੇ ਜਿਸ ਤਰ੍ਹਾਂ ਆਪਾਂ ਲਾਸਟ ਟਾਈਮ ਵੱਖ ਵੱਖ ਟੋਪਿਕਸ ਡਿਸਕਸ ਕਰ ਰਹੇ ਸੀ ਇੰਨੀ ਜ਼ਿਆਦਾ ਇਨਫੋਰਮੇਸ਼ਨ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਭਾਵੇਂ ਇਹ ਪ੍ਰੋਗਰਾਮ ਬਿਲਕੁਲ ਲਾਈਵ ਜਾ ਰਿਹਾ ਤੁਸੀਂ ਆਪਣੇ ਸਵਾਲ ਡਾਇਰੈਕਟਲੀ ਜਸਪ੍ਰੀਤ ਜੀ ਦੀ ਈਮੇਲ ਜੋ ਸਕਰੀਨ 'ਤੇ ਲਿਖੀ ਹੋਈ ਉਹਦੇ 'ਤੇ ਲਿਖ ਸਕਦੇ ਹੋ ਅਤੇ ਇਸੇ ਜ਼ਰੀਏ ਦੇ ਰਾਹੀਂ ਜੋ ਸਾਨੂੰ ਪਿਛਲੇ ਹਫ਼ਤੇ ਤੋਂ ਇੰਨੇ ਜ਼ਿਆਦਾ ਕੁਐਸਚਨ ਸਬਮਿਟ ਹੋਏ ਤੁਹਾਨੂੰ ਕਿੰਨੇ ਕੁਐਸਚਨ ਵਿਊਅਰਸ ਤੋਂ ਆਏ ਹਾਂ ਆਪਾਂ ਅੱਜ ਉਹਨਾਂ 'ਤੇ ਫੋਕਸ ਕਰਨਾ ਤਾਂ ਕਿ ਆਪਾਂ ਜਿੰਨੀ ਜ਼ਿਆਦਾ ਇਨਫੋਰਮੇਸ਼ਨ ਲੋਕਾਂ ਤੱਕ ਸ਼ੇਅਰ ਕਰ ਸਕਦੇ ਹਾਂ ਉਹ ਕਰਨ ਅਤੇ ਜਸਪ੍ਰੀਤ ਜੀ ਸਭ ਤੋਂ ਪਹਿਲੇ ਯੂਨੋ ਜਦੋਂ ਸਾਡੀ ਲਾਸਟ ਗੱਲ ਹੋਈ ਸੀ ਪਿਛਲੇ ਹਫ਼ਤੇ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਕਾਫੀ ਅਪਡੇਟਸ ਹਨ ਲੀਗਲ ਸਾਈਡ 'ਤੇ ਥੋੜ੍ਹੀ ਜਿਹੀ ਤੁਸੀਂ ਸਾਨੂੰ ਕੁਇਕਲੀ ਦੱਸੋ ਅੱਜ ਕੋਈ ਪ੍ਰੈਸਿੰਗ ਮੈਟਰ ਜੋ ਤੁਹਾਡੇ ਖਿਆਲ 'ਚ ਲੋਕਾਂ ਨੂੰ ਉਹਦੀ ਅਪਡੇਟ ਹੋਣੀ ਚਾਹੀਦੀ ਹੈ ਫਿਰ ਆਪਾਂ ਵੱਖ ਵੱਖ ਟੌਪਿਕਸ 'ਤੇ ਵੀ ਗੱਲ ਕਰਦੇ ਹਾਂ ਹਾਂਜੀ ਇੱਕ ਤਾਂ ਲੋਕਾਂ ਦੇ ਜਿਹੜੇ ਕੁਐਸਚਨਸ ਨੇ ਉਹ ਜਿਹੜੇ ਇਮੀਗ੍ਰੇਸ਼ਨ ਕੋਰਟਸ ਦੀ ਕਲੋਜ਼ਰ ਹੈਗੀ ਆ ਜਾਂ USCIS ਦੇ ਆਫਿਸਿਸ ਬੰਦ ਨੇ ਉਹਨਾਂ ਬਾਰੇ ਮੈਂ ਥੋੜਾ ਜਿਹਾ ਕਲੀਅਰ ਕਰਦਾ ਜੀ ਕਿ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਐਗਜ਼ੀਕਿਊਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ ਉਹ 29 ਮਈ ਤੱਕ ਉਹ ਜਿੰਨੀਆਂ ਵੀ ਨਾਨ ਡਿਟੇਨਡ ਹੀਅਰਿੰਗਸ ਨੇ ਉਹ ਸਾਰੀਆਂ ਪੋਸਟਪੋਨ ਹੋ ਗਈਆਂ ਜੀ ਹੁਣ ਕਈ ਲੋਕ ਸਾਨੂੰ ਕਾਲਾਂ ਕਰ ਰਹੇ ਈਮੇਲ ਕਰ ਰਹੇ ਆ ਕਿ ਜੀ ਮੇਰੀ ਡੇਟ 18 ਨੂੰ ਆ ਮੇਰੀ ਡੇਟ 15 ਨੂੰ ਆ ਮੇਰੀ ਡੇਟ ਕੋਈ ਕਹਿੰਦਾ 25 ਨੂੰ ਆ ਵੀ ਕੀ ਬਣੇਗਾ ਉਹ ਸਾਰੀਆਂ ਡੇਟਾਂ ਜਿਹੜੀਆਂ ਨੇ ਉਹ ਆਪਣੇ ਆਪ ਰੀਸਕੈਡਿਊਲ ਹੋਣਗੀਆਂ ਜੇ 800 ਜਿਹੜਾ ਕੋਰਟ ਦਾ ਨੰਬਰ ਆ ਉੱਤੇ ਨਹੀਂ ਵੀ ਅਜੇ ਅਪਡੇਟ ਆਈ ਤਾਂ ਉਹ ਆ ਜਾਏਗੀ ਸਿਰਫ ਜਿਹੜੇ ਬੰਦੇ ਜੇਲ੍ਹਾਂ 'ਚ ਨੇ ਡਿਟੇਨਡ ਕੇਸ ਨੇ ਉਹਨਾਂ ਦੀ ਹੀਅਰਿੰਗ ਜਿਹੜੀ ਹੋ ਰਹੀ ਆ ਬਾਕੀ ਸਾਰੀਆਂ ਰੀਸਕੈਡਿਊਲ ਹੋਣਗੀਆਂ ਤੇ ਜਿਹੜੇ ਨੋਟਿਸਿਸ ਨੇ ਉਹਨਾਂ ਨੂੰ ਜਾਂ ਉਹਨਾਂ ਦੇ ਵਕੀਲ ਸਾਹਿਬਾਨ ਨੂੰ ਮੇਲ ਹੋ ਜਾਣਗੇ ਸੋ ਉਹਦੇ ਬਾਰੇ ਉਹਨਾਂ ਨੂੰ ਵਰੀ ਕਰਨ ਦੀ ਲੋੜ ਨਹੀਂ ਜੀ ਜੀ ਦੂਸਰੀ ਜਿਹੜੀ USCIS ਆ ਉਹਦੇ ਜਿਹੜੇ ਫੀਲਡ ਆਫਿਸਿਸ ਨੇ ਜਿੱਥੇ ਕਿ ਸਿਟੀਜ਼ਨਸ਼ਿਪ ਦੀ ਇੰਟਰਵਿਊ ਹੁੰਦੀ ਆ ਜਾਂ ਬਾਇਓਮੈਟ੍ਰਿਕਸ ਫਿੰਗਰਪ੍ਰਿੰਟ ਜਿਹਨੂੰ ਆਪਾਂ ਕਹਿੰਦੇ ਆ ਉਹ ਹੁੰਦੇ ਆ ਜਾਂ ਉਸ ਤੋਂ ਬਾਅਦ ਜਿਨ੍ਹਾਂ ਦੇ ਆਹ ਮਤਲਬ ਗ੍ਰੀਨ ਕਾਰਡਸ ਦੀਆਂ ਇੰਟਰਵਿਊਜ਼ ਵਗੈਰਾ ਹੁੰਦੀਆਂ ਸਾਰੀਆਂ ਉਹ ਸਾਰੇ ਜਿਹੜੇ ਨੇ ਉਹ ਬੰਦ ਹੈਗੇ ਆ ਜੀ 4 ਜੂਨ ਤੱਕ ਤੇ 4 ਜੂਨ ਤੋਂ ਬਾਅਦ ਉਹਨਾਂ ਨੂੰ ਅਪਡੇਟ ਜਿਵੇਂ ਜਿਹੜੀਆਂ ਲੈਟਰਸ ਹੈਗੀਆਂ ਇਮੀਗ੍ਰੇਸ਼ਨ ਦੀਆਂ ਉਹ ਆਪ ਆਉਣਗੀਆਂ ਤੇ ਉਹਨਾਂ ਨੂੰ ਵੀ ਵਰੀ ਕਰਨ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਆਏਗਾ ਠੀਕ ਹੈ ਸੋ ਇਹ ਤਾਂ 2 ਜਿਹੜੀਆਂ ਕਿਉਂਕਿ ਕਈ ਲੋਕਾਂ ਦੀਆਂ ਇਨਕੁਆਇਰੀਆਂ ਇਹ ਹੁੰਦੀਆਂ ਜੀ ਮੇਰੀ ਡੇਟ ਸੀ 17 ਤਰੀਕ ਨੂੰ ਜਾਂ 18 ਨੂੰ ਤੇ ਉਹਦਾ ਕੀ ਬਣੂਗਾ ਮੈਨੂੰ ਕੋਈ ਅਪਡੇਟ ਨਹੀਂ ਆਈ ਅਪਡੇਟ ਅਜੇ ਨਹੀਂ ਆਉਣੀ ਅਪਡੇਟ ਤਾਂ ਬਾਅਦ 'ਚ ਆਏਗੀ ਪਰ ਉਹਨੂੰ ਵੇਟ ਕਰਨੀ ਪੈਣੀ ਆ ਤਾਂ ਕਿ ਉਹ ਆਪਣੇ ਆਪ ਹੀ ਜਿਹੜੀ ਹੈਗੀ ਲੈਟਰ ਦੇਣਗੇ ਪਰ ਇਹ ਗੱਲ ਪੱਕੀ ਆ ਵੀ 29 ਤੱਕ ਜਿੰਨੀਆਂ ਵੀ ਨਾਨ ਡਿਟੇਨਡ ਹੀਅਰਿੰਗਸ ਨੇ ਸਾਰੀਆਂ ਪੋਸਟਪੋਨ ਜੀ ਜੀ ਜਸਪ੍ਰੀਤ ਜੀ ਜਿੱਥੇ ਕਲੋਜ਼ਰਸ ਦੀ ਗੱਲ ਆਉਂਦੀ ਹੈ ਪੂਰੀ ਦੁਨੀਆ ਇਸ ਵੇਲੇ ਕੋਵਿਡ ਕਰਕੇ ਕਲੋਜ਼ਰਸ ਜਾਂ ਕੁਆਰੰਟਾਈਨਸ ਦੇ ਨਾਲ ਝੇਲ ਰਹੀ ਹੈ ਜੋ ਇਸ ਚੀਜ਼ ਦਾ ਇਮੀਗ੍ਰੇਸ਼ਨ 'ਤੇ ਇੰਪੈਕਟ ਹੋ ਰਿਹਾ ਉਹ ਨਾ ਕਿ ਸਿਰਫ ਯੂਨਾਈਟਿਡ ਸਟੇਟਸ ਵਿੱਚ ਬਟ ਇੰਡੀਆ ਵਿੱਚ ਵੀ ਫੀਲ ਹੋ ਰਿਹਾ ਅਤੇ ਜੋ ਮੂਵਮੈਂਟ ਹੈਗੀ ਇਮੀਗ੍ਰੈਂਟਸ ਦੀ ਉਹਦੇ ਵਿੱਚ ਕੀ ਵੱਖ ਵੱਖ ਇਫੈਕਟਸ ਹਨ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਇਹ ਸਵਾਲ ਬਹੁਤ ਹੀ ਕਾਮਨ ਕੁਐਸਚਨ ਸਾਨੂੰ ਵੀ ਆ ਰਿਹਾ ਆਮ ਸ਼ੋਰ ਤੁਹਾਨੂੰ ਵੀ ਆਇਆ ਹੋਏਗਾ ਉਹਨਾਂ ਦਾ ਕੀ ਹੋਏਗਾ ਜੋ ਇੰਡੀਆ ਗਏ ਸੀ ਐਂਡ ਉਹਨਾਂ ਦੀ ਜੋ 1 ਸਾਲ ਦੀ ਲਿਮਿਟ ਹੁੰਦੀ ਹੈ ਕਿ ਤੁਸੀਂ ਇੱਕ ਟਾਈਮ ਲਿਮਿਟ ਤੋਂ ਜ਼ਿਆਦਾ ਨਹੀਂ ਕੰਟਰੀ ਅਮੈਰੀਕਾ ਤੋਂ ਬਾਹਰ ਨਹੀਂ ਸਪੈਂਡ ਕਰ ਸਕਦੇ ਅਤੇ ਉਹ ਇੰਡੀਆ ਗਏ ਹੋਏ ਹੈ ਅਤੇ ਉਹਨਾਂ ਦੀ ਉਹ ਟਾਈਮ ਲਿਮਿਟ ਪੂਰੀ ਹੋਣ ਨੂੰ ਆ ਰਹੀ ਹੈ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਤੁਸੀਂ ਦੇ ਸਕਦੇ ਹੋ ਇਸ ਚੀਜ਼ ਬਾਰੇ ਹਾਂਜੀ ਇਸ ਤਰ੍ਹਾਂ ਹੈ ਕਿ ਇਹਦੇ ਬਾਰੇ ਸਭ ਤੋਂ ਜ਼ਿਆਦਾ ਜਿਹੜੀਆਂ ਈਮੇਲਾਂ ਨੇ ਉਹ ਇਸ ਕੈਟੇਗਰੀ 'ਚ ਹੀ ਆ ਰਹੀਆਂ ਨੇ ਅਤੇ ਮੈਨੂੰ ਕਾਲਾਂ ਵੀ ਬਹੁਤ ਆਈਆਂ ਮੈਂ ਮੇਰੇ ਖਿਆਲ 25-30 ਬੰਦਿਆਂ ਨੂੰ ਤਾਂ ਪਿਛਲੇ 5-4 ਦਿਨ 'ਚ ਹੀ ਜਵਾਬ ਦੇ ਚੁੱਕਾ ਜਿਹੜੇ ਮੈਨੂੰ ਫੋਨ ਕਰਦੇ ਹੁੰਦੇ ਆ 917 ਵਾਲੇ ਨੰਬਰ 'ਤੇ ਇਹਦੀ ਇਹ ਸਿਚੁਏਸ਼ਨ ਹੈ ਜੀ ਕਿ ਜਿਹੜੇ ਬੰਦਿਆਂ ਨੂੰ ਤਾਂ 6 ਮਹੀਨੇ ਅਜੇ ਹੋਏ ਨਹੀਂ ਜਿਵੇਂ ਗ੍ਰੀਨ ਕਾਰਡ ਹੋਲਡਰ ਜਨਵਰੀ 'ਚ ਗਿਆ ਜਾਂ ਫਰਵਰੀ 'ਚ ਗਿਆ ਇੰਡੀਆ ਅਤੇ ਉਹ 6 ਮਹੀਨੇ ਤੋਂ ਬਾਅਦ ਆ ਸਕਦਾ ਅਤੇ ਉਹ ਕਿਉਂਕਿ ਜਿਹੜਾ 6 ਮਹੀਨੇ ਦਾ ਟਾਈਮ ਆ ਉਹ ਮਤਲਬ ਸਿਟੀਜ਼ਨਸ਼ਿਪ ਲਈ ਆ ਕਿ ਜੇ ਤੁਸੀਂ ਸਿਟੀਜ਼ਨਸ਼ਿਪ ਲੈਣੀ ਆ ਤਾਂ ਉਹਦੇ ਵਿੱਚ ਜਿਹੜੀ ਕੰਟੀਨਿਊਟੀ ਆ ਉਹ ਇਹ ਕਹਿੰਦੇ ਆ ਕਿ ਤੁਸੀਂ 2.5 ਸਾਲ ਇੱਥੇ ਰਹੋ ਤੁਸੀਂ 6 ਮਹੀਨੇ ਤੁਸੀਂ ਬਾਹਰ ਰਹਿ ਸਕਦੇ ਹੋ 6 ਮਹੀਨੇ ਤੋਂ ਘੱਟ ਮਤਲਬ ਜ਼ਿਆਦਾ ਨਹੀਂ ਅਤੇ ਜੇ ਉਹ 6 ਮਹੀਨੇ ਤੋਂ ਓਵਰ ਰਹਿ ਜਾਂਦੇ ਆ ਅਤੇ ਉਹਨਾਂ ਕੋਲ ਵੈਲਿਡ ਐਕਸਕਿਊਜ਼ ਹੈਗਾ ਉਹਨਾਂ ਕੋਲ ਟਰੈਵਲ ਟਿਕਟ ਹੈਗੀ ਆ ਦਿਖਾਉਣ ਲਈ ਕਿ ਦੇਖੋ ਜੀ ਮੇਰੀ ਟਿਕਟ ਅਪ੍ਰੈਲ ਦੀ ਸੀਗੀ ਜਾਂ ਮਈ ਦੀ ਸੀ ਅਤੇ ਮੈਨੂੰ ਆਉਣ ਨਹੀਂ ਦਿੱਤਾ ਗਿਆ ਜਾਂ ਕੋਈ ਬਿਮਾਰੀ ਹੋ ਗਿਆ ਉੱਥੇ ਉਹ ਕੁਆਰੰਟੀਨਡ ਆ ਉਹ ਕਹਿ ਸਕਦਾ ਵੀ ਮੈਂ ਬਿਮਾਰ ਹਾਂ ਮੈਨੂੰ ਕਿਸੇ ਨੇ ਜਿਹੜਾ ਹੈਗਾ ਜਾਣ ਨਹੀਂ ਦਿੱਤਾ ਘਰੋਂ ਬਾਹਰ
जी ਤੇ ਉਹਦੇ ਕਰਕੇ ਉਹ ਹੈਦਾ ਉਹ ਮਤਲਬ ਐਕਸਕਿਊਜ਼ ਹੋ ਜਾਏਗਾ, ਉਹ ਆ ਸਕਦੇ ਆ ਜਦੋਂ ਵੀ ਲੋਕਡਾਊਨ ਖੁੱਲੇਗਾ, ਚਾਹੇ ਜੁਲਾਈ 'ਚ ਖੁੱਲੇ ਜੂਨ 'ਚ ਖੁੱਲੇ। ਜੀ 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 ਦੂਸਰੇ ਜੀ ਜਿਹੜੇ ਜੀ ਬੰਦੇ ਨੇ ਉਹ ਨੇ ਜਿਨ੍ਹਾਂ ਦਾ ਕਿ ਗ੍ਰੀਨ ਕਾਰਡ ਸਾਲ ਖਤਮ ਹੋਣ ਵਾਲਾ, ਜਿਵੇਂ ਕੋਈ ਪਿਛਲੇ ਸਾਲ ਮਈ 'ਚ ਗਿਆ ਤੇ ਉਹਨੇ ਕਿਹਾ ਚਲੋ ਮੈਂ ਮਾਰਚ ਅਪ੍ਰੈਲ 'ਚ ਮੁੜ ਆਉਂਗਾ ਵਾਪਸ, 10 ਮਹੀਨੇ ਰਹਿ ਲੈਣੇ ਇੰਡੀਆ ਸਿਟੀਜ਼ਨ ਦਾ ਮੈਂ ਬਣਦਾ ਨਹੀਂ, ਤੇ ਉਹਨਾਂ ਦੀ ਆ ਵੱਡੀ ਪ੍ਰੋਬਲਮ ਕਿਉਂਕਿ ਸਾਲ ਜੇ ਉਹਨਾਂ ਦਾ ਖਤਮ ਹੋਣ ਵਾਲਾ ਮਈ 'ਚ ਜਾਂ ਜੂਨ 'ਚ ਤੇ ਉੱਥੇ ਲੋਕਡਾਊਨ ਆ, ਉਹਨਾਂ ਨੂੰ ਜਿਹੜੀ US ਐਮਬੈਸੀ ਆ ਉਹਦੇ ਨਾਲ ਕੰਟੈਕਟ ਕਰਨਾ ਪਏਗਾ, ਅੱਛਾ ਤੇ ਜੀ ਕੰਟੈਕਟ ਕਰਕੇ ਤਾਂ ਉਹ ਉਹਨਾਂ ਨੂੰ ਉਹ ਉੱਥੋਂ ਮਤਲਬ ਆਉਣ ਵਾਸਤੇ ਇੱਥੇ ਜਿਹੜੀ ਹੈਗੀ ਆ ਉਹ ਪਰਮਿਸ਼ਨ ਜਾਂ ਵੀਜ਼ਾ ਜੋ ਵੀ ਆ ਉਹ ਮਤਲਬ ਅਲਾਓ ਕਰ ਸਕਦੇ ਆ। ਜੀ ਤੇ ਜਾਂ ਦੂਸਰਾ ਰਸਤਾ ਇਹ ਹੈਗਾ ਕਿ ਜਿਹੜਾ US ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਵੀ ਕਿਹਾ ਕਿ ਜਿਹੜੇ US ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਕਿਸੇ ਕੰਟਰੀ ਦੇ ਵਿੱਚ ਸਟੱਕ ਹੋਏ ਆ ਤੇ ਉਹ ਆਉਣਾ ਚਾਹੁੰਦੇ ਆ, ਉਹਨਾਂ ਨੂੰ ਉਹ ਉੱਥੋਂ ਇੱਥੇ ਲਿਆ ਰਹੇ ਨੇ ਲਿਫਟ ਕਰਕੇ, ਚਾਹੇ ਚਾਰਟਰ ਪਲੇਨ ਰਾਹੀਂ ਜਾਂ ਏਅਰਲਾਈਨਾਂ ਰਾਹੀਂ ਜਿਵੇਂ ਵੀ ਆ। ਤਾਂ ਜਿਹੜੀ ਉਹ US ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਆ ਉੱਤੇ ਫੋਨ ਕਰਕੇ ਉਹ ਆਪਣੇ ਆਪ ਨੂੰ ਦੱਸਣ, ਅੰਬੈਸੀ ਨੂੰ ਕੰਟੈਕਟ ਕਰਨ, ਤੇ ਉਹਨਾਂ ਨੂੰ ਵੀ ਸ਼ਾਇਦ ਉਹਨਾਂ ਦੀ ਜਿਵੇਂ ਹੁਣ ਕਿਸੇ ਦਾ ਜੂਨ 'ਚ ਖਤਮ ਹੁੰਦਾ ਉਸ ਤੋਂ ਪਹਿਲਾਂ ਇੱਥੇ ਪਹੁੰਚਾ ਦੇਣ। ਜੀ ਜੀ ਤਾਂ ਜੀ ਦੂਸਰਾ ਰਸਤਾ ਇਹ ਆ। ਜੀ ਇਹਦੇ ਨਾਲ ਮੈਂ ਤੁਹਾਨੂੰ ਇੱਕ ਅਪਡੇਟ ਹੋਰ ਦੇ ਦਾਂ, ਕਈ ਇਦਾਂ ਦੇ ਬੰਦੇ ਸਾਨੂੰ ਕਾਲਾਂ ਕਰ ਰਹੇ ਨੇ ਜਿਨ੍ਹਾਂ ਦੇ ਇੰਟਰਵਿਊਜ਼ ਹੋ ਗਈਆਂ ਇੰਡੀਆ 'ਚ, ਜਿਵੇਂ ਕਿਸੇ ਨੇ ਕਿਸੇ ਦਾ ਅਪਲਾਈ ਕੀਤਾ, ਕੋਈ ਜੀ ਇੰਟਰਵਿਊ ਹੋ ਗਈ ਆ, ਪਰ ਜੀ ਜੀ ਉਹਨਾਂ ਨੂੰ ਉਹਨਾਂ ਨੇ 3-4 ਮਹੀਨੇ ਦਾ ਟਾਈਮ ਦਿੱਤਾ ਵੀ ਤੁਸੀਂ ਚਲੇ ਜਾਓ, ਤਾਂ ਆ ਨਹੀਂ ਸਕੇ। ਉਹ ਜਿਹੜੇ ਲੋਕ ਨੇ ਉਹ ਮਤਲਬ ਇਹਦੇ ਵਿੱਚ ਸਟੇਟ ਡਿਪਾਰਟਮੈਂਟ ਜਾਂ ਅੰਬੈਸੀ ਦੇ ਰਾਹੀਂ ਨਹੀਂ ਆ ਸਕਦੇ, ਉਹ ਅੱਛਾ ਜੀ ਜਿਹੜੀ ਪ੍ਰੋਵੀਜ਼ਨ ਹੈ ਉਹ ਸਿਰਫ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਲਈ ਆ। ਅੱਛਾ ਜੀ। ਉਹ ਜਦੋਂ ਏਅਰਲਾਈਨ ਕੋਈ ਲਾਓ ਕਰੇਗੀ ਉਹਨਾਂ ਨੂੰ, ਜਿਵੇਂ ਕੋਈ ਮਤਲਬ ਲੋਕਡਾਊਨ ਖੁੱਲੇਗਾ ਉਹਦੇ ਜਾ ਸਕਦੇ ਆ, ਤੇ ਉਹਦੇ ਨਾਲ ਨਾਲ ਉਹਨਾਂ ਦਾ ਵੀ ਕਈਆਂ ਦੇ ਇਹ ਜਿਹੜੇ ਕੁਐਸਚਨ, ਤੁਹਾਨੂੰ ਵੀ ਬਹੁਤ ਈਮੇਲ ਆਈਆਂ, ਤੁਸੀਂ ਦੱਸ ਰਹੇ ਸੀ ਮੈਨੂੰ ਇਹਦੇ ਬਾਰੇ ਜੀ, ਕਿ ਇੱਕ ਬੰਦੇ ਨੇ ਕਿਹਾ ਜੀ ਕਿ ਮੇਰੀ ਜਿਹੜੀ ਇੰਟਰਵਿਊ ਆ ਉਹ ਮੇਰੀ ਸਿਸਟਰ ਨੇ ਸਾਡਾ ਅਪਲਾਈ ਕੀਤਾ ਤੇ ਸਾਡੀ ਇੰਟਰਵਿਊ ਫਰਵਰੀ 'ਚ ਹੋ ਗਈ, ਸਾਨੂੰ ਜਿਹੜੇ ਪਾਸਪੋਰਟ ਵੀ ਆ ਗਏ ਪਰ ਅਸੀਂ ਨਹੀਂ ਆ ਸਕੇ ਕਿਉਂਕਿ ਅਸੀਂ ਟਿਕਟ ਅਪ੍ਰੈਲ ਦੀ ਕਰਾਈ ਸੀਗੀ ਤੇ ਅਪ੍ਰੈਲ ਦੇ ਵਿੱਚ ਜਿਹੜਾ ਸਾਰਾ ਫਲਾਈਟਾਂ ਕੈਂਸਲ ਹੋ ਗਈਆਂ। ਜੀ ਜਿਹੜੇ ਉਦਾਂ ਦੇ ਹੈਗੇ ਨੇ ਲੋਕ ਜਿਨ੍ਹਾਂ ਦੀ ਇੰਟਰਵਿਊ ਹੋ ਚੁੱਕੀ ਆ, F4 ਕੈਟਾਗਰੀ ਜਿਵੇਂ ਭਰਾ ਭੈਣ ਵਾਲੀ ਦੇ ਵਿੱਚ, ਜਾਂ F3 'ਚ, F3 ਕੈਟਾਗਰੀ ਆ ਜਿਹੜੇ ਕਿ US ਸਿਟੀਜ਼ਨ ਮੈਰਿਟ ਬੱਚਿਆਂ ਦਾ ਕਰਦੇ ਆ, ਜੀ ਤੇ ਉਹਨਾਂ ਦੀ ਪ੍ਰੋਬਲਮ ਇਹ ਹੈਗੀ ਆ ਕਿ ਜੇ ਉਹਨਾਂ ਦਾ ਜਿਹੜਾ ਵੀਜ਼ਾ ਉਹਨਾਂ ਨੂੰ ਜਿੰਨਾ ਵੀ ਆ ਮਿਲੀ ਆ, ਭਾਜੀ ਉਹਨਾਂ ਨੂੰ ਕਿਹਾ ਵੀ ਤੁਸੀਂ 26 ਮਈ ਤੱਕ ਚਲੇ ਜਾਓ ਜਾਂ 2 ਜੂਨ ਤੱਕ ਚਲੇ ਜਾਓ, ਉਹ ਜੇ ਖਤਮ ਹੋ ਗਿਆ ਤਾਂ ਉਹਨਾਂ ਨੂੰ ਪ੍ਰੋਬਲਮ ਆਏਗੀ, ਉਹਨਾਂ ਨੂੰ ਅੰਬੈਸੀ ਨਾਲ ਕੰਟੈਕਟ ਕਰਨਾ ਪਏਗਾ ਉਸ ਤੋਂ ਬਾਅਦ ਜਦੋਂ ਵੀ ਅੰਬੈਸੀ ਖੁੱਲੇਗੀ, ਤੇ ਉਹਨਾਂ ਦੀ ਜਿਹੜੀ ਫਿੰਗਰਪ੍ਰਿੰਟਿੰਗ ਆ, ਉਹਨਾਂ ਦੀ ਜਿਹੜੀ ਜਿੰਨੇ ਆੜੇ ਹੁੰਦੇ ਮੈਡੀਕਲ ਵਗੈਰਾ ਜਾਂ PCC ਜਿਹੜੀ ਹੁੰਦੀ ਹੈ ਪੁਲਿਸ ਕਲੀਅਰੈਂਸ ਰਿਪੋਰਟ ਵਗੈਰਾ, ਇਹ ਸਾਰੀ ਦੁਬਾਰਾ ਜਿਹੜੀ ਆ ਉਹ ਮੰਗੀ ਜਾ ਸਕਦੀ ਆ ਤੇ ਲਈ ਜਾ ਸਕਦੀ ਆ, ਤੇ ਇਹ ਵੀ ਹੋ ਸਕਦਾ ਕਿ ਉਹਨਾਂ ਦੇ ਅੰਬੈਸੀ ਵਾਲੇ ਜਿਹੜੇ ਆ ਉਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਐਗਜ਼ੈਕਟਿਵ ਆਰਡਰ ਆ ਵੀਜ਼ਾ ਬੈਨ ਉਹ ਲਾ ਦੇਣ ਜੀ, ਤੇ ਇਸ ਕਰਕੇ ਹਾਲਾਂਕਿ ਉਹ 'ਚ ਲਿਖਿਆ ਵੀ ਜਿਹਨੂੰ ਵੀਜ਼ਾ ਪਹਿਲਾਂ ਮਿਲਿਆ ਉਹ ਮਤਲਬ ਆ ਸਕਦਾ, ਪਰ ਉਹ ਇਹ ਕਹਿ ਸਕਦੇ ਆ ਕਿ ਤੂੰ ਤਾਂ ਗਿਆ ਹੀ ਨਹੀਂ, ਜਿਹਨੂੰ ਵੀਜ਼ਾ ਮਿਲਿਆ ਸੀਗਾ ਐਗਜ਼ੈਕਟਲੀ ਵੀਜ਼ਾ ਖਤਮ ਹੋ ਗਿਆ ਤੇ ਹੁਣ ਦੁਬਾਰਾ ਅਸੀਂ ਇਸ਼ੂ ਕਰਨਾ, ਦੁਬਾਰਾ ਅਸੀਂ ਇਸ਼ੂ ਨਹੀਂ ਕਰ ਸਕਦੇ। ਜੀ ਜੀ ਤੋਂ ਉਹਨਾਂ ਨੂੰ ਇਹ ਆ ਕਿ ਜਿਵੇਂ ਵੀ ਹੋ ਸਕੇ ਜਿਸ ਤਰ੍ਹਾਂ ਵੀ ਜਿਹੜੀ ਵੀ ਉਹਨਾਂ ਨੂੰ ਫਲਾਈਟ ਕੋਈ ਅਵੇਲੇਬਲ ਹੁੰਦੀ ਆ ਆਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਜੇ ਉਹ ਉੱਥੇ ਸਟੱਕ ਹੋ ਗਏ ਤਾਂ ਹੋ ਸਕਦਾ ਉਹਨਾਂ ਨੂੰ ਕਈ ਮਹੀਨੇ ਉੱਥੇ ਰਹਿਣਾ ਪਵੇ। ਰਾਈਟ ਜਸਪ੍ਰੀਤ ਜੀ, ਕਿੰਨੇ ਜ਼ਿਆਦਾ ਐਂਗਲਸ ਹੈਗੇ ਇਸ ਚੀਜ਼ ਲਈ, ਨਾ ਕਿ ਸਿਰਫ US ਰੈਜ਼ੀਡੈਂਟਸ, ਗ੍ਰੀਨ ਕਾਰਡ ਹੋਲਡਰਸ, ਬਟ ਜੋ ਲੋਕ ਅਪਰੂਵਡ ਵੀਜ਼ੇ 'ਤੇ ਆਉਣ ਲਈ ਵੀ ਵੇਟ ਕਰ ਰਹੇ ਸੀ ਉਹ ਫਸੇ ਹੋਏ ਆ, ਉਹਨਾਂ ਲਈ ਵੀ ਬਹੁਤ ਜ਼ਿਆਦਾ ਇਨਫੋਰਮੇਸ਼ਨ। ਬਟ ਬਿਕੋਜ਼ ਕਿਉਂਕਿ ਹਰੇਕ ਕੇਸ ਯੂਨੀਕ ਹੁੰਦਾ ਹੈ, ਸਾਡੀ ਹਮੇਸ਼ਾ ਐਂਡ ਐਡਵਾਈਸ ਇਹੀ ਹੁੰਦੀ ਹੈ ਕਿ ਕਿਸੇ ਤੁਸੀਂ ਲੀਗਲ ਐਕਸਪਰਟ ਦੇ ਨਾਲ ਡਾਇਰੈਕਟ ਕੋਂਟੈਕਟ ਕਰਕੇ ਆਪਣੇ ਕੇਸ ਬਾਰੇ ਪੁੱਛੋ, ਜਿਸ ਤਰ੍ਹਾਂ ਲੋਕ ਤੁਹਾਨੂੰ ਵੀ ਡਾਇਰੈਕਟ ਕੋਂਟੈਕਟ ਕਰ ਸਕਦੇ ਆ, ਤੁਹਾਡੇ ਵੱਖ ਵੱਖ ਆਫਿਸਿਜ਼ ਨੇਸ਼ਨ ਵਾਈਡ ਯੂਨਾਈਟਿਡ ਸਟੇਟਸ ਵਿੱਚ ਹੈਗੇ, ਤੁਸੀਂ ਕੰਮ ਕਰਦੇ ਹੋ ਇਸ ਚੀਜ਼ ਦੇ ਵਿੱਚ, ਅਤੇ ਸਾਰੀ ਇਨਫੋਰਮੇਸ਼ਨ ਸਕਰੀਨ 'ਤੇ ਡਿਸਪਲੇ ਵੀ ਹੋ ਰਹੀ ਹੈ। ਭਾਵੇਂ ਇਹ ਪ੍ਰੋਗਰਾਮ ਬਿਲਕੁਲ ਲਾਈਵ ਚੱਲ ਰਿਹਾ ਹੈ, ਆਪਾਂ ਬੇਨਤੀ ਕਰਦੇ ਹਾਂ ਦਰਸ਼ਕਾਂ ਨੂੰ ਕਿ ਉਹ ਤੁਹਾਨੂੰ ਡਾਇਰੈਕਟਲੀ ਕੋਂਟੈਕਟ ਕਰਨ ਜਾਂ ਈਮੇਲ ਕਰਨ ਆਪਣੇ ਸਵਾਲਾਂ ਦੇ ਨਾਲ, ਤਾਂ ਕਿ ਇਨਫੋਰਮੇਸ਼ਨ ਆਪਾਂ ਵੱਧ ਤੋਂ ਵੱਧ ਉਹਨਾਂ ਦੇ ਨਾਲ ਸਾਂਝੀ ਕਰ ਸਕਦੇ ਹਾਂ। ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਜਸਪ੍ਰੀਤ ਜੀ ਤੁਸੀਂ ਜੁੜੇ ਰਹੋ, ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਕਨਵਰਸੇਸ਼ਨ ਜਾਰੀ ਰਹੇਗੀ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਇੱਕ ਸਪੈਸ਼ਲ ਜਸਟ ਲਾਈਵ ਦੇ ਐਪੀਸੋਡ, ਜਿਹਦੇ ਵਿੱਚ ਗੱਲ ਹੋ ਰਹੀ ਹੈ ਸਾਰੇ ਤੁਹਾਡੇ ਇਮੀਗ੍ਰੇਸ਼ਨ ਦੇ ਮਸਲਿਆਂ ਦੇ, ਅਤੇ ਸਾਨੂੰ ਇਸ ਡਿਸਕਸ਼ਨ ਨੂੰ ਅੱਗੇ ਵਧਾਉਣ ਲਈ ਜੁਆਇਨ ਕਰੇ ਜਸਪ੍ਰੀਤ ਸਿੰਘ, ਅਟਰਨੀ ਐਟ ਲਾਅ, ਕੈਲੀਫੋਰਨੀਆ ਤੋਂ। ਜਸਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਇੱਕ ਵਾਰੀ ਫਿਰ ਮੈਂ ਸਾਰਿਆਂ ਨੂੰ ਰਿਮਾਇੰਡ ਕਰਨਾ ਚਾਹੁੰਦੀ, ਭਾਵੇਂ ਇਹ ਪ੍ਰੋਗਰਾਮ ਸਾਡਾ ਲਾਈਵ ਜਾ ਰਿਹਾ, ਅਤੇ ਹਰ ਹਫ਼ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਲਾਈਵ ਜੁੜੋਗੇ, ਟਿਊਜ਼ਡੇ 7:30 PM ਈਸਟਰਨ। ਆਪਾਂ ਲਾਈਵ ਕਾਲਾਂ ਨਹੀਂ ਲੈ ਰਹੇ ਹਾਂ ਬਿਕੋਜ਼ ਇੰਨੀ ਜ਼ਿਆਦਾ ਇਨਫੋਰਮੇਸ਼ਨ ਹੈ, ਸਪੈਸ਼ਲੀ ਅੱਜ ਦੀ ਸਿਚੁਏਸ਼ਨ ਦੇ ਵਿੱਚ,
कि आप चाहते कि लोग जो तुम्हें सवाल ईमेल राही फोन राही डायरैक्टली पूछ रहे सानू भी कुछ क्वेश्चन आए हैं उन्होंने आप एड्रैस करिए। सो जिस तरह साड़ी पहले गल हो रही थी की एक्सटेंशन USCIS वालों या US गवर्नमेंट वालों लोगों को पता होनी चाहिए की ट्रैवल रिस्ट्रिक्शन भावें इंडिया तो आ रहे हो वीजा होल्डर हो ग्रीन कार्ड होल्डर हो तो की पता होनी चाहिए। बट हूँ मैं थोड़े तो पूछना चाहती एक होर सबजैक्ट बारे जो बहुत ही सानू उभर के निकल के आ रहा लोगों के क्वेश्चन विच वो हैगी जो लोग पोलीटिकल असाइलम ते हैगे अज की डेट के एंड उन्होंने अपनी एप्लीकेशन अगे वधानी है भावें ग्रीन कार्ड ले या भावें वक् वक् जो स्टैप्स होंगे इस प्रोसैस के उन्होंने को अपडेट्स हैं। हाँ जी, एक तो जिहड़ा पोलिटिकल असाइलम वालों के केस कोर्टा चलते हैं उन्होंने जिहड़ियां डेटा ने नॉन डिटेन्ड वो 29 मई तक जिवें कि आपां दस्सिया वी वो पोस्टपोन हुई ने ते जां जिहड़ा USCIS दे विच जिहड़े असाइलम ऑफिसर्स ने 4 जून तक जिहड़ियां इंटरव्यूज ने पोस्टपोन ने। पर जे किसी ने नवा पोलिटिकल असाइलम का केस फाइल करना वो तो फाइल होंदा सर्विस सेंटर च। अच्छा जी, ते वो सर्विस सेंटर सारियां एप्लीकेशनां लै रहे ने प्रोसैसिंग उन्हां दी जिहड़ी उसे तरह हो रही है। जे किसी का वर्क परमिट न्यू होने वाला या किसी ने नवा अपलाई करना किसी के 180 दिन हो गए तो वर्क परमिट अपलाई करता वो भी एप्लीकेशन जिहड़ियां सर्विस सेंटर दे विच जा रही सर्विस सेंटर बंद नहीं हुए। अच्छा, तो उन्होंने बल्कि यह भी रियायत दी है भी जे किसी के फिंगरप्रिंट या बायोमैट्रिक्स की लोड़ आ उस बिना ही वो वर्क परमिट भेज देंगे फिंगरप्रिंट बाद च हो जाएंगे। अच्छा जी, इस दे नाल नाल एक और कैटेगरी है जिन्हां नूं कि 1 साल पूरा हो गया सैलम ग्रांट होए नूं सैलम दा केस पास होए नूं ते उन्हां ने अपना ग्रीन कार्ड अप्लाई करना क्योंकि जदों किसी दा सैलम दा केस पास हो जांदा तां ओह 1 साल बाद अपना ग्रीन कार्ड अप्लाई कर सकदा। ओह जिहड़ी कैटेगरी है उन्हां दे विच भी ग्रीन कार्ड अप्लाई जिहड़ियां एप्लीकेशनां ने ओह इमीग्रेशन लै रही है ते ओह सारे सर्विस सेंटरां जा रहियां ने ते ओह भी अपना ग्रीन कार्ड जिहड़ा हैगा I-485 फार्म ते अप्लाई मतलब कर सकदे आ, उच कोई प्रॉब्लम नहीं है जी। जी, वंस अगैन यू नो हर एक बंदे दा केस उन्हां दी सिचुएशन वक्री वक्री हुंदी है, यूनीक हुंदी है। ते अगर कोई तुहानू डायरैक्टली होर जानकारी लैना चाहुंदा है तुहाडे सारे कॉन्टैक्ट नंबर्स तुहाडे वक् वक् नेशन वाइड ऑफिसिज दे लिस्टड हन। ते अगर कोई होर क्वेश्चन तुहाडे तो पुछना चाहुंदा है तुहानू डायरैक्टली कॉन्टैक्ट करके ईमेल करन ते जरूर इस शो ते हर हफ्ते उन क्वेश्चन नूं आपां छेड़ांगे। ते जसप्रीत जी, एक तां हो गई अपनी पोलिटिकल असाइलम दी, हुण मैनूं थोड़ा जिहा दसो जो लोग विजिटर वीज़ा ते इत्थे आए हुए है वह भी स्टक हन USA तो सिर्फ सानू कुछ खबरां सुनिया वापस फ्लाइट्स जो इंडिया जा रही हैं बट वो भी बड़ी जिदा कहिंदे ना इट्स ओवर क्राउडिड बहुत लंबी लिस्ट हैगी उन्हां लई। सो जो लोग इत्थे विजिटर वीज़ाज ते स्टक हन उन्हां नूं की पता होना चाहिए, एनी अपडेट्स? हाँ जी, जिहड़ियां इह विजिटर वीज़े वालियां दी सिचुएशन आ इह आपां नूं 10 ईमेल आईयां ने ਇਹ ਦੋ ਕੈਟਾਗਰੀਜ ਦੇ ਵਿਜ਼ਟਰ ਵੀਜ਼ੇ ਦੀ ਜਿਹੜੀ ਬੰਦੇ ਉਹਨਾਂ ਦੀ ਸਿਚੁਏਸ਼ਨ ਦੀ ਆ। ਪਹਿਲੀ ਕੈਟਾਗਰੀ ਤਾਂ ਉਹ ਆ ਵੀ ਜਿਹੜੇ ਅਮਰੀਕਾ ਦੇ ਵਿੱਚ ਆਏ ਆ ਤੇ ਉਹਨਾਂ ਦੀ ਜਿਹੜੀ 6 ਮਹੀਨੇ ਦੀ ਐਂਟਰੀ ਆ ਉਹ ਖਤਮ ਹੋ ਰਹੀ ਆ, ਕਿਸੇ ਦੀ ਜੂਨ 'ਚ ਹੋ ਰਹੀ ਆ, ਕਿਸੇ ਦੀ ਜੁਲਾਈ 'ਚ ਹੋ ਰਹੀ, ਕਿਸੇ ਦੀ ਅਗਸਤ 'ਚ ਹੋ ਰਹੀ ਆ। ਤੇ ਉਹਨਾਂ ਨੂੰ ਇਹ ਪਤਾ ਨਹੀਂ ਵੀ ਲੋਕਡਾਊਨ ਖੁੱਲਣਾ ਕਿ ਨਹੀਂ ਖੁੱਲਣਾ ਤੇ ਉਹ ਮਤਲਬ ਇੱਥੇ ਹੁਣ ਆਪਣੀ ਐਂਟਰੀ ਜਿਹੜੀ ਆ ਵਧਾਉਣੀ ਚਾਹੁੰਦੇ ਆ। ਉਹਦੇ ਵਾਸਤੇ ਉਹਨਾਂ ਨੂੰ ਫਾਰਮ I-539 ਤੇ ਅਪਲਾਈ ਕਰਨਾ ਪਏਗਾ ਤੇ ਉਹ ਆਪਣੀ ਜਿਹੜੀ ਹੈਗੀ ਟਿਕਟ ਦੀ ਕਾਪੀ ਉਹਨਾਂ ਦੀ ਜਿਹੜੀ ਜ਼ਰੂਰ ਚਾਹੀਦੀ ਹੈ, ਰਿਟਰਨ ਟਿਕਟ ਵੀ, ਅਸੀਂ ਆਹ ਸਾਡੀ ਟਿਕਟ ਸੀ ਤੇ ਜਾਂ ਹੈਗੀ ਆ, ਅਸੀਂ ਜੂਨ 'ਚ ਜਾ ਰਹੇ ਹਾਂ ਜਾਂ ਜੁਲਾਈ 'ਚ ਜਾ ਰਹੇ ਹਾਂ ਤਾਂ ਸਾਨੂੰ ਹੁਣ ਜਾਣ ਦੀ ਜਿਹੜੀ ਹੈਗੀ ਆ ਉਹ ਮਤਲਬ ਇਜਾਜ਼ਤ ਨਹੀਂ ਹੈ ਕਿਉਂਕਿ ਏਅਰਲਾਈਨ ਅਪਲਾਈ ਨਹੀਂ ਕਰ ਰਹੀ ਜਾਂ ਜਿਸ ਕੰਟਰੀ ਜਾਣਾ ਉੱਥੇ ਲੋਕਡਾਊਨ ਆ, ਉਹ ਕੰਟਰੀ ਐਕਸੈਪਟ ਨਹੀਂ ਕਰ ਰਹੀ ਤੇ ਤੁਸੀਂ ਐਕਸਟੈਂਡ ਕਰੋ ਉਹਨਾਂ ਨੂੰ ਯੂਸ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਉਹ ਜ਼ਰੂਰ ਐਕਸਟੈਂਡ ਕਰੇਗੀ ਉਹਨਾਂ ਦਾ ਜਿਹੜੀ ਐਂਟਰੀ ਹੈਗੀ ਆ ਤੇ ਇਸ ਕਰਕੇ ਉਹਨਾਂ ਨੂੰ ਲੇਕਿਨ ਉਹਨਾਂ ਨੂੰ ਪਹਿਲਾਂ ਕਰਨਾ ਪਏਗਾ ਐਂਟਰੀ ਖਤਮ ਹੋਣ ਤੋਂ। ਅੱਛਾ, ਜੇ ਕਰ ਦੇਣਗੇ ਤੇ ਉਹਨਾਂ ਨੂੰ ਐਂਟਰੀ ਅੱਗੇ ਜਿਹੜੀ ਆ ਉਹ ਹੋਰ ਮਿਲ ਜਾਏਗੀ ਜੀ। ਦੂਸਰੀ ਜਿਹੜੀ ਕੈਟਾਗਰੀ ਹੈ ਸ਼ਮੀਤਾ ਜੀ ਉਹ ਬੰਦੇ ਨੇ ਜਿਨ੍ਹਾਂ ਕੋਲ ਕੇ 10 ਸਾਲ ਦਾ ਵੀਜ਼ਾ ਹੈਗਾ ਅਮਰੀਕਾ ਦਾ ਲੱਗਿਆ ਹੋਇਆ, ਪਹਿਲਾਂ ਆ ਕੇ ਕਈ ਵਾਰੀ ਵਾਪਸ ਗਏ ਨੇ ਤੇ ਉਹ ਅਮਰੀਕਾ ਵਿਜ਼ਿਟ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕਈਆਂ ਨੂੰ ਇਹ ਡਾਊਟ ਆ ਕਿ ਪਤਾ ਨਹੀਂ ਸਾਡਾ ਵੀਜ਼ਾ ਹੀ ਕੈਂਸਲ ਹੋ ਗਿਆ ਜਿਹੜਾ ਆਹ ਇਹਨਾਂ ਨੇ ਬੈਨ ਲਾਇਆ ਹੈਗਾ ਪ੍ਰੈਜ਼ੀਡੈਂਟ ਟਰੰਪ ਨੇ। ਉਹ ਜਿਹੜਾ ਉਹ ਐਗਜ਼ੈਕਟਿਵ ਆਰਡਰ ਹੈ ਆਪਾਂ ਲਾਸਟ ਟਾਈਮ ਵੀ ਡਿਸਕਸ ਕੀਤਾ ਸੀ ਜਿਹੜੇ ਪਿਛਲੇ ਪ੍ਰੋਗਰਾਮਾਂ 'ਚ, ਉਹਨਾਂ 'ਚ ਕਲੀਅਰ ਆ ਉਹਦੇ ਵਿੱਚ ਲਿਖਿਆ ਹੋਇਆ ਵੀ ਜੇ ਕਿਸੇ ਬੰਦੇ ਨੂੰ ਕੋਈ ਵੀ ਨੌਨ ਇਮੀਗ੍ਰੈਂਟ ਜਿਹੜੇ ਵਿਜ਼ਟਰ ਵੀਜ਼ਾ ਹੋ ਗਿਆ, H-1 ਵੀਜ਼ਾ ਹੋ ਗਿਆ, F-1 ਹੋ ਗਿਆ ਸਟੂਡੈਂਟ ਵੀਜ਼ਾ, R-1 ਵੀਜ਼ਾ ਹੋ ਗਿਆ ਜਿਹੜੇ ਪੁਲਿਸ ਦੇ ਕੇਸ ਹੁੰਦੇ ਆ, ਤੇ ਜਿਹੜੇ ਇਸ ਕਿਸਮ ਦੇ ਵੀਜ਼ੇ ਨੇ ਇਹ ਸਾਰੇ ਨੌਨ ਇਮੀਗ੍ਰੈਂਟ ਵੀਜ਼ੇ ਆ, ਇਹਨਾਂ 'ਚੋਂ ਜੇ ਕਿਸੇ ਨੂੰ ਆਲਰੇਡੀ ਵੀਜ਼ਾ ਲੱਗਿਆ ਹੋਇਆ, ਠੀਕ ਹੈ, 23 ਅਪ੍ਰੈਲ 2020 ਤੋਂ ਪਹਿਲਾਂ ਜੀ ਜੇ ਵੀਜ਼ਾ ਲੱਗਿਆ ਕਿਸੇ ਨੂੰ ਪਿਛਲੇ ਸਾਲ ਲੱਗਿਆ ਜਾਂ ਆਹ ਸਾਲ ਲੱਗਿਆ ਜਾਂ ਉਸ ਤੋਂ ਪਹਿਲਾਂ ਲੱਗਿਆ,
ਉਹ ਵੀਜ਼ਾ ਇਟਸੈਲਫ ਕੈਨਸਲ ਨਹੀਂ ਹੋਏਗਾ ਤੇ ਉਹ ਬੰਦਾ ਉਹਦੇ ਵੀਜ਼ੇ ਤੇ ਟਰੈਵਲ ਕਰ ਸਕਦਾ ਹੈ ਜਦੋਂ ਆਹ ਲੋਕਡਾਊਨ ਖੁੱਲੇਗਾ। ਓਕੇ ਸੋ ਉਹਦੇ ਵਾਸਤੇ ਜੇ ਲੇਕਿਨ ਉਸ ਵੀਜ਼ੇ ਦੀਆਂ ਸ਼ਰਤਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ। ਫੋਰ ਐਗਜ਼ਾਮਪਲ ਕੋਈ ਵਿਜ਼ਿਟਰ ਆ ਤਾਂ ਉਹਨੂੰ ਵਿਜ਼ਿਟ ਕਰਨ ਵਾਸਤੇ ਆ ਰਿਹਾ ਤਾਂ ਉਹਨੂੰ ਵਿਜ਼ਿਟ ਕਰਨ ਲਈ ਆਉਣਾ ਪਏਗਾ। ਅੱਛਾ ਜੀ, ਦੂਸਰਾ ਜਿਵੇਂ ਕੋਈ H1 ਤੇ ਆ ਰਿਹਾ ਤਾਂ ਉਹਦੇ ਲਈ ਜ਼ਰੂਰੀ ਆ ਕਿ ਜਿਹੜੀ ਕੰਪਨੀ ਨੇ ਉਹਨੂੰ ਜੋ ਬੁਲਾਇਆ ਉਹ ਸਪਾਂਸਰ ਕੰਪਨੀ ਕਰ ਰਹੇ, ਸਟਿਲ ਹਾਂਜੀ ਕੰਮ ਕਰ ਆਪਰੇਸ਼ਨਲ ਰਹੀ ਹੋਵੇ, ਹੋਵੇ ਨਾ ਹੋਵੇ ਵੀ ਹਾਂਜੀ ਉਹ ਕੰਪਨੀ ਜਿਹੜੀ ਆ ਉਹ ਬੰਦ ਹੋ ਗਈ ਹੋਵੇ। ਜੀ ਜਿਹੜਾ ਹੁਣ ਕੋਈ F1 ਤੇ ਆ ਰਿਹਾ ਤਾਂ ਜਿਹੜੇ ਸਕੂਲ ਰਾਹੀਂ ਆ ਰਿਹਾ ਉਹ ਸਕੂਲ ਸਟਿਲ ਜਿਹੜੀਆਂ ਕਲਾਸਿਸ ਜਾਂ ਉਹ ਕੋਰਸਿਸ ਆਫਰ ਕਰ ਰਿਹਾ ਹੋਵੇ ਜੀ ਉਹ ਸਾਰੀਆਂ ਸ਼ਰਤਾਂ ਹੋਣ ਤਾਂ ਉਹ ਟਰੈਵਲ ਕਰ ਸਕਦੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ। ਜੀ 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 ਜਸਪ੍ਰੀਤ ਜੀ, ਆਈ ਥਿੰਕ ਇਹ ਤਾਂ ਬਹੁਤ ਹੀ ਇੱਕ ਵੱਡਾ ਇਸ਼ੂ ਬਣ ਸਕਦਾ ਤੇ ਬਨਨ ਜਾ ਰਿਹਾ, ਸਪੈਸ਼ਲੀ ਜਦੋਂ F1 ਵੀਜ਼ਾਸ ਦੀ ਗੱਲ ਆਉਂਦੀ ਹੈ। ਸਾਨੂੰ ਯੂਨਾਈਟਿਡ ਸਟੇਟਸ ਵਿੱਚ ਪਤਾ ਹੈ ਕਿ ਇਸ ਸਕੂਲ ਈਅਰ ਵਿੱਚ ਤਾਂ ਜ਼ਿਆਦਾ ਕੁਝ ਨਹੀਂ ਰਹਿ ਗਿਆ, ਬਟ ਜੋ ਸਪਟੈਂਬਰ ਵਿੱਚ ਸਕੂਲ ਈਅਰ ਖੁੱਲਣਾ ਹੈ, ਭਾਵੇਂ ਉਹ ਸਕੂਲਸ ਹੋਣ, ਯੂਨੀਵਰਸਿਟੀਜ਼ ਹੋਣ, ਯੂਨੀਵਰਸਿਟੀਜ਼ ਸਪੈਸ਼ਲੀ ਜੋ ਇੰਟਰਨੈਸ਼ਨਲ ਸਟੂਡੈਂਟਸ ਐਕਸੈਪਟ ਹੋਏ ਹੈ ਉਨ ਯੂਨੀਵਰਸਿਟੀਜ਼ ਵਿੱਚ, ਉਹਨਾਂ ਦਾ ਕੀ ਬਣੂਗਾ ਕਮ ਸਪਟੈਂਬਰ। ਸੋ ਇਹਦੀ ਵੀ ਗੱਲ ਆਪਾਂ ਕਰਦੇ ਰਹਾਂਗੇ। ਬਟ ਜਸਪ੍ਰੀਤ ਜੀ, ਇਹ ਤਾਂ ਥੋੜ੍ਹੀ ਜਿਹੀ ਤੁਸੀਂ ਸਾਨੂੰ ਲੀਗਲ ਦੱਸਦੀ, ਮੈਂ ਚਾਹੁੰਦੀ ਹਾਂ PPP ਜੋ ਅੱਜ ਦੀ ਡੇਟ ਵਿੱਚ ਇੰਨੀ ਵੱਡੀ ਇੱਕ ਚੀਜ਼ ਬਣ ਚੁੱਕੀ ਹੈ, ਕਈਆਂ ਲਈ ਉਹ ਬਹੁਤ ਹੈਲਪਫੁਲ ਹੈ, ਕਈਆਂ ਨੂੰ ਉਹਦੀ ਹੈਲਪ ਨਹੀਂ ਮਿਲੀ, ਲੀਗਲ ਸਾਈਡ ਤੋਂ ਉਹਦੇ ਵਿੱਚ ਕੋਈ ਅਪਡੇਟ ਸਾਡੇ ਲਈ? ਹਾਂਜੀ, ਜਿਹੜਾ PPP ਮਤਲਬ ਪ੍ਰੋਗਰਾਮ ਹੈ ਉਹ ਤਕਰੀਬਨ ਕਾਫੀ ਲੋਕਾਂ ਨੂੰ ਪਤਾ ਉਹਦਾ ਕਿ ਉਹ ਜਿਹੜਾ SBI ਹੈਗੀ ਆ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ, ਉਹਦਾ ਪ੍ਰੋਗਰਾਮ ਹੈ ਗਵਰਨਮੈਂਟ ਦਾ ਵੀ ਜਿਹੜੇ ਸਮਾਲ ਬਿਜ਼ਨਸਿਸ ਨੇ ਉਹ ਆਪਣੀ ਪੇਰੋਲ ਰਨ ਕਰ ਸਕਣ, ਵੀ ਲੋਕਾਂ ਨੂੰ ਜਿਹੜੇ ਜੋਬਸ ਤੋਂ ਇਸ ਕਰਕੇ ਲੇ ਆਫ ਨਾ ਕਰਨ ਜਾਂ ਕੱਢਣ ਨਾ, ਵੀ ਸਾਡੇ ਕੋਲੇ ਤੁਹਾਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹੈਗੇ ਜੀ, ਤੇ ਉਹਦੇ ਕਰਕੇ ਉਹਨਾਂ ਨੇ ਉਹ ਕੀਤਾ ਵੀ ਉਹ ਲੋਨ ਲੈ ਸਕਦੇ ਆ। ਤੇ ਉਹ ਲੋਨ ਵਾਸਤੇ ਪਹਿਲੀ ਗੱਲ ਤਾਂ ਕਿਸੇ ਵੀ ਕਲੈਟਰ ਦੀ ਲੋੜ ਨਹੀਂ, ਉਹਨਾਂ ਨੂੰ ਕੋਈ ਇਹ ਨਹੀਂ ਦਿਖਾਉਣਾ ਪਏਗਾ ਵੀ ਸਾਡੇ ਅਕਾਊਂਟ 'ਚ ਇੰਨੇ ਆ, ਸਾਡਾ ਘਰ ਹੈ, ਕਿਉਂਕਿ ਤਾਂ ਆਮ ਤੌਰ ਤੁਹਾਨੂੰ ਪਤਾ ਜਿਹੜੇ ਲੋਕਾਂ ਨੇ SBI ਰਾਹੀਂ ਲੋਨ ਲਏ ਆ ਜੀ, SBI ਦੇ ਉਹਨਾਂ ਦੇ ਵਿੱਚ ਇਹ ਸ਼ਰਤ ਹੁੰਦੀ ਆ ਵੀ ਕਲੈਟਰ ਰੱਖੋ, ਵੀ ਆਪਣਾ ਘਰ ਕੋਈ ਦਿਖਾਓ ਵੀ ਤੁਹਾਡੇ ਕੋਲੇ ਕੀ ਆ ਜਾਂ ਕਿਸ ਤਰ੍ਹਾਂ ਆ, ਪਰ ਇਹਦੇ 'ਚ ਕੋਈ ਸ਼ਰਤ ਨਹੀਂ ਹੈਗੀ, ਨਾ ਹੀ ਇਹਦੇ ਵਿੱਚ ਕੋਈ ਇੱਦਾਂ ਦੀ ਸ਼ਰਤ ਹੈਗੀ ਆ ਕਿ ਤੁਹਾਡੀ ਕ੍ਰੈਡਿਟ ਜਿਹੜੀ ਰੇਟਿੰਗ ਕੀ ਆ, ਕ੍ਰੈਡਿਟ ਸਕੋਰ ਕੀ, ਇੱਦਾਂ ਦੀ ਕੋਈ ਗੱਲਬਾਤ ਨਹੀਂ ਜੀ। ਲੇਕਿਨ ਜਾਣਾ ਪਏਗਾ ਕਿਸੇ ਅਪਰੂਵਡ ਬੈਂਕ, ਜਿਹੜੇ ਕਿ ਲੈਂਡਰਸ ਅਪਰੂਵਡ ਨੇ, ਜਿਸ ਤਰ੍ਹਾਂ ਆਮ ਤੌਰ ਤੇ ਸਾਰਿਆਂ ਦੇ ਬੈਂਕ ਅਕਾਊਂਟ ਜਿਹੜੇ ਬੈਂਕਾਂ 'ਚ ਹੈਗੇ ਉਹ ਸਾਰੇ ਹੀ ਅਪਰੂਵਡ ਆ, ਚਾਹੇ ਬੈਂਕ ਆਫ ਅਮਰੀਕਾ ਆ, ਚਾਹੇ ਚੇਜ਼ ਆ, ਚਾਹੇ ਵੈਲਸ ਫਾਰਗੋ ਹੈਗਾ, ਚਾਹੇ ਈਵਨ ਛੋਟੇ ਬੈਂਕ ਨੇ TD ਬੈਂਕ ਹੋ ਗਿਆ ਨਿਊਯਾਰਕ 'ਚ, ਜਾਂ ਸਿਟੀ ਬੈਂਕ ਆ, US ਬੈਂਕ ਆ, ਇਹ ਸਾਰੇ ਬੈਂਕ ਜਿਹੜੇ ਨੇ, ਈਵਨ ਮਤਲਬ ਕਈ ਜਿਹੜੇ ਬਹੁਤ ਛੋਟੇ ਬੈਂਕ ਨੇ ਉਹ ਵੀ ਸਾਰੇ ਇਹਦੇ 'ਚ ਇਨਕਲੂਡਿਡ ਹੈਗੇ ਆ। ਤੇ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਜਿਹੜੀ ਤੁਹਾਡੀ 2 ਮਹੀਨੇ ਦੀ ਪੇਰੋਲ ਆ ਜਿੰਨੀ ਵੀ, ਉਹਦੇ ਵਿੱਚੋਂ ਤੁਸੀਂ ਲੋਨ ਅਪਲਾਈ ਕਰ ਸਕਦੇ ਹੋ। ਪਰ ਹੁਣ ਪ੍ਰੋਬਲਮ ਇਹ ਆ ਵੀ ਕਾਫੀ ਬੈਂਕਾਂ ਨੇ ਐਪਲੀਕੇਸ਼ਨਾਂ ਲੈਣੀਆਂ ਬੰਦ ਕਰਤੀਆਂ, ਕਿਉਂਕਿ ਇੰਨੀਆਂ ਜ਼ਿਆਦਾ ਐਪਲੀਕੇਸ਼ਨਾਂ ਉਹਨਾਂ ਕੋਲ ਆ ਗਈਆਂ ਕਿ ਉਹ ਅਜੇ ਪੁਰਾਣੀਆਂ ਨੂੰ ਹੀ ਡੀਲ ਕਰ ਰਹੇ ਆ ਜੀ, ਤੇ ਇਸ ਕਰਕੇ ਨਵੀਂ ਐਪਲੀਕੇਸ਼ਨ ਸ਼ਾਇਦ ਕੋਈ ਬੈਂਕ ਨਾ ਲਵੇ। ਪਰ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਵਾਸਤੇ 2-3 ਸ਼ਰਤਾਂ ਨੇ। ਇੱਕ ਤਾਂ ਪਹਿਲੀ ਆ ਵੀ ਜਿਹੜਾ ਕੰਪਨੀ ਆ ਉਹਦੇ 'ਚ 500 ਤੋਂ ਘੱਟ ਇੰਪਲੋਈ ਹੋਣੇ ਚਾਹੀਦੇ ਆ, ਸਮਾਲ ਬਿਜ਼ਨਸ ਹੋਵੇ ਉਹ ਜੀ। ਪਰ ਕਈ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਜਾਂ ਕਈ ਇਦਾਂ ਦੀਆਂ ਹੈਗੀਆਂ ਜਿਹੜਾ ਫੂਡ ਦਾ ਕੰਮ ਕਰਦੀਆਂ ਨੇ, ਜਿਨ੍ਹਾਂ ਦਾ ਕੋਡ 72 ਆ ਜੀ ਜੀ, ਉਹਦੀਆਂ ਜਿਹੜੀਆਂ ਨੇ ਉਹ 500 ਤੋਂ ਵੱਧ ਇੰਪਲੋਈ ਵੀ ਹੋ ਸਕਦੇ ਆ। ਪਰ ਆਮ ਤੌਰ ਤੇ ਜਿਹੜਾ ਬਾਕੀ ਬਿਜ਼ਨਸ ਆ ਜਿਹਦੇ ਕੋਲ 500 ਤੋਂ ਘੱਟ ਇੰਪਲੋਈ ਆ ਜੀ, ਤੇ ਉਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਆ ਜ਼ਰੂਰੀ ਉਹ ਚਾਹੀਦੀ ਆ ਪੇਰੋਲ ਤੇ ਟੈਕਸ ਜੀ। ਜੇ ਉਹਨਾਂ ਨੇ ਕੰਪਨੀ ਦਾ ਟੈਕਸ ਨਹੀਂ ਭਰਿਆ ਦਾ 18 ਦਾ ਭਰਿਆ ਹੋਵੇ ਤੇ ਪੇਰੋਲ ਪਿਛਲੇ 6 ਮਹੀਨੇ ਦੀ ਉਹ ਜ਼ਰੂਰ ਦੇਖਦੇ ਆ ਜੀ ਕਿ ਜਿਹੜਾ ਪੇਰੋਲ ਟੈਕਸ ਗਿਆ, ਤੇ ਉਹਦੇ ਬੇਸ ਤੇ ਉਹ ਲੋਨ ਵਾਸਤੇ ਉਹਨੂੰ ਜਿਹੜਾ ਹੈਗਾ ਅਪਰੂਵ ਕਰਦੇ ਆ। ਹੁਣ ਇਹਦੇ ਵਿੱਚ ਸ਼ਵਿਤਾ ਜੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਆ ਉਹ ਇਹ ਆ ਕਿ ਜਿਹੜਾ ਜੇ ਇਹ ਲੋਨ ਜਿੰਨਾ ਵੀ ਕਿਸੇ ਨੂੰ ਮਿਲਿਆ ਜੀ, ਡਿਪੈਂਡਿੰਗ ਉਹਦੀ ਪੇਰੋਲ ਤੇ ਮਿਲੇਗਾ ਕਿ ਉਹ ਕਿੰਨੇ ਬੰਦਿਆਂ ਨੂੰ ਪੇ ਕਰ ਰਿਹਾ ਪਿਛਲੇ 6 ਮਹੀਨੇ ਤੋਂ ਜੀ, ਉਹਦੇ ਵਿੱਚ ਜੇ ਉਹ ਆਪਣੀ ਉਹ ਬੰਦਿਆਂ ਨੂੰ ਪੇਰੋਲ ਇੱਕ ਵਾਰੀ ਫੇਰ ਦੇਗਾ, ਪੇਰੋਲ ਤੇ ਰੱਖੇਗਾ, ਠੀਕ ਹੈ, ਉਹਨਾਂ ਇੰਪਲੋਈਜ਼ ਨੂੰ, ਸੇਮ ਇੰਪਲੋਈਜ਼ ਨੂੰ ਜਾਂ ਡਿਫਰੈਂਟ, ਪਰ ਉਨੇ ਬੰਦਿਆਂ ਨੂੰ, ਉਹਦੇ ਨਾਲ ਨਾਲ ਉਹਦੇ ਕੁਝ ਹੋਰ ਵੀ ਹੋਣਗੇ, ਜਿਸ ਤਰ੍ਹਾਂ ਰੈਂਟ ਹੁੰਦਾ ਕਿਸੇ ਦੇ ਆਫਿਸ ਦਾ, ਬਿਜ਼ਨਸ ਸਟੋਰ ਦਾ, ਥੋੜੇ ਜਿਹੇ ਟੈਕਸਿਸ ਹੁੰਦੇ ਆ ਕੁਝ ਇਹੋ ਜੀ। ਹਾਂਜੀ ਜੀ ਜੀ ਹਾਂਜੀ, ਜਿਵੇਂ ਹੁਣ ਰੈਂਟ ਹੋ ਗਿਆ, ਰੈਂਟ ਯੂਟਿਲਿਟੀਜ਼ ਜਿਵੇਂ ਆ ਬਿੱਲ ਹੁੰਦੇ ਨੇ ਬਿਜਲੀ ਦਾ, ਫੋਨ ਦਾ, ਇਦਾਂ ਦੇ, ਤੇ ਜਾਂ ਜਿਹੜੀ ਪੇਰੋਲ ਹੈਗੀ ਆ ਉਹ ਜਿੰਨੀ ਉਹ ਕਹਿ ਰਿਹਾ ਕਲੇਮ ਕਰ ਰਿਹਾ ਵੀ ਮੇਰੇ ਕੋਲ 10 ਬੰਦੇ ਕੰਮ ਕਰਦੇ ਆ ਫਰਜ਼ੀ ਕਰੋ, ਤੇ ਉਹ ਜੇ ਇਸੇ ਤਰ੍ਹਾਂ ਹੀ ਦਿੰਦਾ ਰਹੇਗਾ ਤਾਂ ਉਹ ਜਿਹੜਾ 75% ਤੱਕ ਉਹ ਮਾਫ਼ ਕਰ ਸਕਦੀ ਹੈ ਗਵਰਨਮੈਂਟ। ਅੱਛਾ ਜੀ
जी हाँ जी जी मतलब जी जे वो इस तरह ही इनू मतलब मतलब वधाई तुसी अगर जावे हाँ वो जी सारे उस शर्तां हाँ में जी जिस उस तां लोन इन्ना नू माफ कीता जा सकदा। जी अगर तुसी उन्हों क्राइटेरिया दे तौर ते यूज करदे हो तुसी उस लोन नू माफ करा सकदे हो। बट एदे विच ए सब तो इंपॉर्टेंट मैसेज ए हैगा कि अगर तुहानू रिसीव हुई है ए पेमेंट जो PPP दी लोन पेमेंट है कि गवर्नमेंट वालों, सब तो इंपॉर्टेंट चीज तुसी किसी प्रोफेशनल दे नाल कंसल्ट करके पुछो कि उस पैसे नू यूज किस तरह करना है, क्योंकि तुसी उन्हों यूज सही तरह करोगे ते ओ लोन तुहाडा माफ हो सकदा है। जिस तरह जसप्रीत जी ने कहा अप टू 75%। जसप्रीत जी ये सारे टॉपिक्स इन्हां दे विच गल करन नू बहुत ही ज़्यादा मटीरियल है, बट समा साडे कोल नहीं ज़्यादा रह गया अज दे एपीसोड दे विच। जांदे जांदे मैं तुहाडा एक यू नो लीगल एक्सपर्ट होण दे तौर ते मैं तुहाडे तो एक ओपिनियन लैणा चाहुंदी हां। तुसी अमेरिकन लीगल सिस्टम दे विच एक्सपर्ट हो, वाकई हो इत्थे दे सिस्टम दे विच, बट तुहानू इंडिया दे सिस्टम दी भी ऑफकोर्स जानकारी हैगी। जदों ये कोई तुहाडे ख्याल च कुछ इहो जिहे केसिस आउंदे है जिन्हां दे बारे सुन के बंदा कंपेयर करदा है अमेरिकन लीगल सिस्टम वर्सिज द इंडियन, कदी कदी कुछ इहो जिहे केसिस तुहाडे भी ख्याल च आए हन जिहदे विच हुण कंपैरिजन करना साडे लई जरूरी बन जाता है? तुसी किस तरह व्यू करदे हो यू नो इन अ कपल ऑफ सेंटेंसेस कि किस तरह अमेरिकन लीगल सिस्टम इंडिया दे सिस्टम दे नाल कंपेयर हुंदा है? ਦੇਖੋ ਜਿਹੜਾ ਅਮਰੀਕਨ ਲੀਗਲ ਸਿਸਟਮ ਹੈ ਇਹਦੇ ਚ ਜਿਹੜਾ ਇੰਡੀਵਿਜੂਅਲ ਹੈ ਉਹ ਬਹੁਤ ਇੰਪੋਰਟੈਂਟ ਆ। ਉਹ ਇਹ ਨਹੀਂ ਦੇਖਿਆ ਜਾਂਦਾ ਵੀ ਉਹ ਇੰਡੀਵਿਜੂਅਲ ਦਾ ਕੀ ਸੋਸ਼ਲ ਸਟੇਟਸ ਆ, ਉਹ ਕੌਣ ਆ, ਉਹ ਕਿਸੇ ਲੀਡਰ ਆ ਕੋਈ ਜਾਂ ਕੋਈ ਬਿਜ਼ਨਸਮੈਨ ਆ ਜਾਂ ਕੀ ਆ। ਜੇ ਉਹਨੇ ਲਾ ਦੀ ਵਾਇਲੇਸ਼ਨ ਕੀਤੀ ਹੈ ਚਾਹੇ ਜਿੰਨਾ ਹਾਈਲੀ ਪਾਵਰਫੁਲ ਕਿਉਂ ਨਾ ਹੋਵੇ, ਉਹਨੂੰ ਮਤਲਬ ਉਹਦੀ ਸਜ਼ਾ ਜ਼ਰੂਰ ਮਿਲਦੀ ਆ। ਤੇ ਇਹ ਨਹੀਂ ਦੇਖਿਆ ਜਾਂਦਾ ਕਿ ਇਲਜ਼ਾਮ ਲਾਉਣ ਵਾਲਾ ਗਰੀਬ ਹੈ ਤਾਂ ਦੂਜਾ ਅਮੀਰ ਹੈ ਜਾਂ ਦੂਜਾ ਕੋਈ ਵੱਡਾ ਬੰਦਾ, ਉਹ ਸਭ ਬਰਾਬਰ ਹੈ, ਰੂਲ ਆਫ ਲਾਅ ਜਿਹੜਾ ਮੇਨਟੇਨ ਹੁੰਦਾ। ਇੰਡੀਆ ਦੀ ਜਿਹੜੀ ਪ੍ਰੋਬਲਮ ਹੈ ਉੱਥੇ ਹੈਗੀ ਆ ਕਿ ਜਿਹੜਾ ਤਾਂ ਆਮ ਆਦਮੀ ਹੈ ਉਹਦੇ ਵਾਸਤੇ ਤਾਂ ਰੂਲ ਆਫ ਲਾਅ ਬਰਾਬਰ ਆ, ਪਰ ਜੇ ਇੱਕ ਦੂਜੇ ਪਾਸੇ ਕੋਈ ਤਕੜਾ ਬੰਦਾ, ਜਿਵੇਂ ਹੁਣ ਆ ਪਿੱਛੇ ਜਿਹੀ ਖਬਰਾਂ 'ਚ ਆ ਰਿਹਾ ਕਿ ਸੁਮੇਧ ਸਿੰਘ ਸੈਣੀ ਪੰਜਾਬ ਦਾ DGP ਸੀਗਾ, ਉਹਦਾ ਕੇਸ ਨੂੰ ਮਿਸਾਲ ਦਵਾਂ ਕਿ ਉਹ ਇੱਕ 29 ਸਾਲ ਪਹਿਲਾਂ ਦਾ ਵਾਕਿਆ ਜੋ ਕਿ ਉਹ ਫੈਮਿਲੀ ਜਿਹੜੀ ਮੁਲਤਾਨੀ ਫੈਮਿਲੀ ਆ ਉਹ ਇਹਨੂੰ ਪਰਸਿਊ ਕਰ ਰਹੀ ਆ। ਸਭ ਤੋਂ ਪਹਿਲਾਂ ਤਾਂ ਮੈਂ ਉਸ ਜਿਹੜੀ ਫੈਮਿਲੀ ਆ ਜਿਹਨੇ ਇੰਨੀ ਜਸਟਿਸ ਵਾਸਤੇ ਸਟਰਗਲ ਕੀਤੀ ਆ ਉਹਨੂੰ ਸਲਿਊਟ ਕਰਦਾ, ਸਲਾਮ ਕਰਦਾ ਕਿ ਉਹਨਾਂ ਨੇ ਜੋ ਇਹ ਲੜਾਈ ਲੜੀ ਹੈ ਇਹ ਇੱਕ ਆਪਣੇ ਆਪ 'ਚ ਇੱਕ ਮਿਸਾਲ ਹੈ ਉਹਨਾਂ ਹਾਲਾਤਾਂ ਦੇ ਵਿੱਚ, ਤੇ ਦੈਟ ਇਜ਼ ਰੀਅਲੀ ਕਿ ਬਹੁਤ ਜਿਹੜੀ ਬਹਾਦਰੀ ਵਾਲੀ ਗੱਲ ਹੈ। ਜੀ ਜੀ ਤੇ ਇਹ ਜਿਹੜੀ ਮਤਲਬ ਸਿਸਟਮ ਹੈ ਉਹ ਕੀ ਹੈ ਵੀ 29 ਸਾਲ ਪਹਿਲਾਂ ਇੱਕ ਲੜਕਾ ਬਲਵੰਤ ਸਿੰਘ ਮੁਲਤਾਨੀ ਜੀ ਉਹਨੂੰ ਪੁਲਿਸ ਨੇ ਫੜਿਆ, ਫੜ ਕੇ ਉਹਦੇ ਉੱਪਰ ਟਾਡਾ ਦਾ ਕੇਸ ਜਿਹੜਾ ਸੀ ਟੈਰਰਿਸਟ ਐਕਟੀਵਿਟੀਜ਼ ਦਾ ਕੇਸ ਬਣਾਇਆ, ਤੇ ਹਫ਼ਤੇ ਬਾਅਦ ਕਹਿੰਦਾ ਜੀ ਉਹ ਭੱਜ ਗਿਆ ਜੀ ਜਦੋਂ ਕਿ ਉਹਨੂੰ ਪੁਲਿਸ ਇਨਕਾਊਂਟਰ ਦੇ ਵਿੱਚ ਉਹਨਾਂ ਨੇ ਮਾਰਿਆ। ਇਹ ਖੁਲਾਸਾ ਕਿੱਥੋਂ ਹੋਇਆ? ਇੱਕ ਕੰਵਰ ਸੰਧੂ ਜੀ ਬਹੁਤ ਵੱਡੇ ਜਰਨਲਿਸਟ ਨੇ ਜਿਹੜੇ ਕਿ ਹੁਣ MLA ਵੀ ਨੇ ਖਰੜ ਤੋਂ, ਉਹਨਾਂ ਨੇ ਆਊਟਲੁੱਕ ਮੈਗਜ਼ੀਨ ਦੇ ਵਿੱਚ 2015 'ਚ ਉਹਨਾਂ ਦੀ ਇੱਕ ਸਟੋਰੀ ਛਪੀ ਜਿਹਦੇ ਵਿੱਚ ਕਿ ਉਹਨਾਂ ਨੇ ਇੱਕ ਪੁਲਿਸ ਦਾ ਸਾਬਕਾ ਇੰਸਪੈਕਟਰ ਸੀ ਕੋਈ ਗੁਰਮੀਤ ਸਿੰਘ ਪਿੰਕੀ, ਉਹਨੂੰ ਇੰਟਰਵਿਊ ਕੀਤਾ, ਉਹਨੇ ਦੱਸਿਆ ਕਿ ਉਹਨੂੰ ਕਿਸ ਤਰ੍ਹਾਂ ਮਾਰਿਆ ਗਿਆ, ਉਹਨੇ ਸਾਰੀ ਉਹ ਡਿਟੇਲ ਦੱਸੀ ਕਿ ਉਹਨੂੰ ਫੜ ਕੇ ਲੈ ਗਏ, ਉਹਨੂੰ ਟੋਰਚਰ ਕੀਤਾ ਤੇ ਉਹ ਦੌਰਾਨ ਉਹ ਮਰ ਗਿਆ। ਜੀ ਅੱਛਾ, ਇਸ ਪਰਿਵਾਰ ਨੇ ਇਹਨਾਂ ਦੇ ਫਾਦਰ ਨੇ ਇਹ ਕੇਸ ਜਿਹੜਾ ਹੈਗਾ ਲੜਿਆ, ਤੇ 2008 ਦੇ ਵਿੱਚ ਹਾਈ ਕੋਰਟ ਨੇ ਜਿਹੜੀ ਉੱਥੇ ਦੀ ਹੈਗੀ ਪੰਜਾਬ ਹਰਿਆਣਾ ਦੀ ਇਹ ਕਹਿਤਾ CBI ਨੂੰ ਕਹਿੰਦੀ ਇਨਵੈਸਟੀਗੇਸ਼ਨ ਕਰੋ। CBI ਨੇ ਕੀਤੀ, ਉਹਨੂੰ ਲੱਗਿਆ ਕਿ ਸਹੀ ਆ, ਉਹਨਾਂ ਨੇ FIR ਉਹਦੇ ਖਿਲਾਫ ਕੀਤੀ ਤੇ ਉਹ FIR ਅੱਗੇ ਗਈ, ਤੇ ਇਹ ਜਿਹੜਾ ਬੰਦਾ ਸੀ ਇਹਨੇ ਸੁਪਰੀਮ ਕੋਰਟ 'ਚ ਗਿਆ ਤੇ FIR ਕੁਐਸ਼ ਹੋ ਗਈ ਟੈਕਨੀਕਲ ਗਰਾਊਂਡ ਤੇ, ਤੇ ਉਹਨਾਂ ਨੇ ਕਿਹਾ ਵੀ ਹਾਈ ਕੋਰਟ ਨਹੀਂ ਕਰ ਸਕਦੀ, ਫੈਮ ਨਹੀਂ ਕਰ ਸਕਦੀ, ਉਹਨੂੰ ਫੈਮਿਲੀ ਨੇ ਪਰਸਿਊ ਕੀਤਾ ਇਹ ਨਵੇਂ ਗਰਾਊਂਡ ਤੇ। ਇਹ ਜਿਹੜਾ ਬੰਦਾ ਹੈਗਾ ਇਹ ਵਰਸਟ ਕਾਇੰਡ ਆਫ ਹਿਊਮਨ ਰਾਈਟਸ ਵਾਇਲੇਟਰ ਹੈ, ਅਬਿਊਜ਼ਰ ਹੈ, ਜਿਵੇਂ ਨਾਜ਼ੀਜ਼ ਨੇ ਜਰਮਨੀ ਦੇ ਵਿੱਚ ਜੂਜ਼ ਨੂੰ ਮਾਰਿਆ ਸੀ ਜੀ, ਉਸੇ ਕਿਸਮ ਦੀ ਜਿਹੜੀ ਜੋ ਇਸ ਬੰਦੇ ਨੇ ਕਤਲੋਗਾਰਤ ਕੀਤੀ ਆ, ਪਰਸੀਕਿਊਸ਼ਨ ਕੀਤੀ ਆ, ਉਹ ਪੰਜਾਬ 'ਚ ਕੀਤੀ ਆ, ਤੇ ਇਹ ਸਾਰਾ ਕੁਝ ਜਿਹੜਾ ਇਹ ਅਨਪਨਿਸ਼ ਨਹੀਂ ਜਾਣਾ ਚਾਹੀਦਾ। ਇਹਨਾਂ ਅਫਸਰਾਂ ਨੇ ਆਪਣੀ ਜਿਹੜੀ ਜਵਾਨੀ ਦੇ ਵਿੱਚ ਆਪਣੀ ਜਿਹੜੀ ਤਾਕਤ ਹੈਗੀ ਆ ਉਹਦੇ ਨਸ਼ੇ ਦੇ ਵਿੱਚ ਬਹੁਤ ਲੋਕਾਂ ਨੂੰ ਮਾਰਿਆ, ਬਹੁਤ ਹਿਊਮਨ ਰਾਈਟ ਵਾਇਲੇਸ਼ਨਸ ਕੀਤੀਆਂ ਜੀ, ਤੇ ਇਹਨਾਂ ਦਾ ਜਿਹੜਾ ਬੁਢਾਪਾ ਹੁਣ ਰਿਟਾਇਰਮੈਂਟ ਤੋਂ ਬਾਅਦ ਇਹ ਜੇਲਾਂ ਥਾਣਿਆਂ ਤੇ ਕਚਹਿਰੀਆਂ 'ਚ ਗੁਜ਼ਰਨਾ ਚਾਹੀਦਾ ਤਾਂ ਕਿ ਇਹ ਇਨਸਾਫ ਮਿਲ ਸਕੇ, ਇਹਨਾਂ ਨੂੰ ਵੀ ਪਤਾ ਲੱਗੇ ਉਹਨਾਂ ਮਾਂ ਬਾਪ ਦੀ ਤੜਫ ਜਿਨ੍ਹਾਂ ਦੇ ਬੱਚਿਆਂ ਨੂੰ ਇਹਨਾਂ ਨੇ ਮਾਰਿਆ ਤੇ ਉਹਨਾਂ ਨੂੰ ਦਰ ਦਰ ਭਟਕਣਾ ਪਿਆ। ਸੋ ਇਹੋ ਜਿਹੇ ਜਿਹੜੇ ਬੰਦੇ ਨੇ ਜਿਹੜੇ ਕਿ ਹਿਊਮਨ ਰਾਈਟਸ ਵਾਇਲੇਟਰ ਨੇ, ਜ਼ਾਲਮ ਨੇ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਪਰ ਸਿਸਟਮ ਇੰਡੀਆ ਦੇ ਵਿੱਚ ਇਦਾਂ ਦਾ ਕਿ ਜਿਵੇਂ ਇੱਥੇ ਕਿਹਾ ਸੀਗਾ ਆਪਣਾ ਮਾਰਟਿਨ ਲੂਥਰ ਕਿੰਗ ਨੇ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਸੋ 30-30 ਸਾਲ ਤੋਂ ਵੀ ਇੰਨੇ ਇੰਨੇ ਸਾਲ ਲੱਗ ਜਾਂਦੇ ਆ, ਪਰ ਚਲੋ ਚਾਹੇ ਜਿੱਦਾਂ ਦਾ ਵੀ ਹੈ ਉਸ ਸਿਸਟਮ ਦੇ ਵਿੱਚ ਹੀ ਵਰਕ ਕਰਨਾ ਚਾਹੀਦਾ। ਪਰ ਉਸ ਫੈਮਿਲੀ ਵਾਸਤੇ ਮੈਂ ਬਹੁਤ ਜ਼ਿਆਦਾ ਉਹਨਾਂ ਦੀ ਮੇਰੇ ਮਨ 'ਚ ਰਿਸਪੈਕਟ ਹੈ, ਤੇ ਉਹਨਾਂ ਦੀ ਜਿਹੜੀ ਬਹਾਦਰੀ ਦੀ ਜਿਨ੍ਹਾਂ ਨੇ ਇਸ ਕੇਸ ਨੂੰ ਪਰਸਿਊ ਕੀਤਾ ਉਹਨਾਂ ਦੀ ਜਿੰਨੀ ਵੀ ਹੈਲਪ ਹੋ ਸਕੇ
ਉਹ ਹੋਣੀ ਚਾਹੀਦੀ ਹੈ। ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਜੁੜੇ। ਤੁਹਾਡੀ ਕੰਟੈਕਟ ਇਨਫੋਰਮੇਸ਼ਨ ਸਕਰੀਨ ਤੇ ਹੈਗੀ। ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ, ਤੁਸੀਂ ਡਾਇਰੈਕਟਲੀ ਜਸਪ੍ਰੀਤ ਜੀ ਨੂੰ ਆਪਣੇ ਕੁਐਸਚਨ ਸੈਂਡ ਕਰ ਸਕਦੇ ਹੋ। ਅਗਲੇ ਹਫਤੇ ਇਸੇ ਤਰ੍ਹਾਂ ਮਿਲਾਂਗੇ। ਜਸਪ੍ਰੀਤ ਜੀ, ਸਟੇ ਸੇਫ ਐਂਡ ਸੀ ਯੂ ਸੂਨ। ਬਾਕੀ ਵਿਊਅਰਸ, ਥੈਂਕ ਯੂ ਫਾਰ ਜੁਆਇਨਿੰਗ। ਇਸੇ ਤਰ੍ਹਾਂ ਪ੍ਰੋਗਰਾਮ ਜਾਰੀ ਰਹੇਗਾ। ਜਸਪ੍ਰੀਤ ਜੀ ਨਾਲ ਤੁਸੀਂ ਅਗਲੇ ਹਫਤੇ ਫਿਰ ਗੱਲ ਕਰ ਸਕਦੇ ਹੋ ਜਾਂ ਸਾਨੂੰ ਲਿਖ ਸਕਦੇ ਹੋ। info@justbroadcasting.com, ashmita@justbroadcasting.com। ਸਤਿ ਸ਼੍ਰੀ ਅਕਾਲ।